ਪੰਜਾਬੀ 뮤직 ਇੰਡਸਟਰੀ ਦਾ ਉਹ ਸਿੰਗਰ ਜਿਸ ਦੀ ਗਾਇਕੀ ਬਾਲੀਵੁੱਡ ਵਿੱਚ ਹੀ ਨਹੀਂ ਬਲਕਿ ਹੁਣ ਬਾਲੀਵੁੱਡ ਦੇ ਵਿੱਚ ਵੀ ਆਪਣੀ ਵੱਖਰੀ ਛਾਪ ਛੱਡ ਰਹੀ ਹੈ। ਜੀ ਹਾਂ, ਮੈਂ ਗੱਲ ਕਰ ਰਿਹਾ ਸਿੰਗਰ ਤੇ 뮤직 ਡਾਇਰੈਕਟਰ ਬੀ ਪ੍ਰਾਗ ਦੀ। ਹਾਲ ਹੀ ਦੇ ਵਿੱਚ ਬੀ ਪ੍ਰਾਗ ਦਾ ਬਾਲੀਵੁੱਡ ਦੇ ਵਿੱਚ ਇੱਕ ਗਾਣਾ ਲਾਂਚ ਹੋਇਆ ਸੀ ਜਿਸ ਦਾ ਨਾਮ ਸੀ ਤੇਰੀ ਮਿੱਟੀ ਫਰੋਮ ਦ ਮੂਵੀ ਕੇਸਰੀ, ਤੇ ਹੁਣ ਬਾਲੀਵੁੱਡ ਦੇ ਵਿੱਚ ਬੀ ਪ੍ਰਾਗ ਦਾ ਗਾਇਆ ਹੋਇਆ ਇੱਕ ਹੋਰ ਸੌਂਗ ਰਿਲੀਜ਼ ਹੋ ਗਿਆ। ਜੀ ਹਾਂ, ਇਸ ਸੌਂਗ ਦਾ ਨਾਮ ਹੈ ਅਲੀ ਅਲੀ ਫਰੋਮ ਦ ਮੂਵੀ ਬਲੈਂਕ। ਇਸ ਗਾਣੇ ਨੂੰ ਅਕਸ਼ੇ ਕੁਮਾਰ ਤੇ ਕਰਨ ਕਪਾੜੀਆ ਦੇ ਉੱਤੇ ਫਿਲਮਾਇਆ ਗਿਆ ਹੈ। ਇਸ ਗਾਣੇ ਨੂੰ ਗਾਉਣ ਦੇ ਵਿੱਚ ਬੀ ਪ੍ਰਾਗ ਦਾ ਸਾਥ ਦਿੱਤਾ ਹੈ ਆਰਕੋ ਨੇ। ਇਸ ਗਾਣੇ ਦਾ ਮਿਊਜ਼ਿਕ ਵੀ ਆਰਕੋ ਨੇ ਹੀ ਕੀਤਾ ਹੈ ਤੇ ਇਸ ਗਾਣੇ ਨੂੰ ਲਿਖਿਆ ਹੈ ਆਰਕੋ ਤੇ ਏਦੀਪ ਸਿੰਘ ਨੇ। ਦੱਸ ਦਈਏ ਤੁਹਾਨੂੰ ਕਿ ਬਲੈਂਕ ਮੂਵੀ ਸਨੀ ਦਿਓਲ, ਕਰਨ ਕਪਾੜੀਆ ਤੇ ਈਸ਼ਿਤਾ ਦੱਤਾ ਦੀ ਆਉਣ ਵਾਲੀ ਨਵੀਂ ਮੂਵੀ ਦਾ ਨਾਮ ਹੈ ਜੋ ਕਿ ਰਿਲੀਜ਼ ਹੋਏਗੀ 3 ਮਈ 2019 ਨੂੰ। ਦੱਸ ਦਈਏ ਤੁਹਾਨੂੰ ਕਿ ਬੀ ਪ੍ਰਾਗ ਦਾ ਦੂਸਰਾ ਬਾਲੀਵੁੱਡ ਗਾਣਾ ਹੈ ਜੋ ਕਿ ਅਕਸ਼ੇ ਕੁਮਾਰ ਦੇ ਉੱਤੇ ਹੀ ਪਿਕਚਰਾਈਜ਼ ਕੀਤਾ ਗਿਆ ਹੈ। ਬੀ ਪ੍ਰਾਗ ਦਾ ਪਹਿਲਾ ਬਾਲੀਵੁੱਡ ਗਾਣਾ ਤੇਰੀ ਮਿੱਟੀ ਦਰਸ਼ਕਾਂ ਨੂੰ ਬੇਹੱਦ ਪਸੰਦ ਵੀ ਆਇਆ ਸੀ ਤੇ ਲੋਕਾਂ ਨੇ ਉਸਨੂੰ ਭਰਵਾ ਹੁੰਗਾਰਾ ਵੀ ਦਿੱਤਾ ਸੀ, ਤੇ ਹੁਣ ਬੀ ਪ੍ਰਾਗ ਦੀ ਆਵਾਜ਼ 'ਚ ਗਾਇਆ ਹੋਇਆ ਨਵਾਂ ਗਾਣਾ ਅਲੀ ਅਲੀ ਤੁਹਾਨੂੰ ਕਿਹੋ ਜਿਹਾ ਲੱਗਿਆ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸੋ ਨੀਚੇ ਦਿੱਤੇ ਗਏ ਕਮੈਂਟ ਬਾਕਸ ਦੇ ਵਿੱਚ। ਤੇ ਨਵੇਂ ਤੇ ਲੇਟੈਸਟ ਅਪਡੇਟਸ ਦੇ ਲਈ ਤੁਸੀਂ ਜੁੜੇ ਰਹਿਣਾ ਦੈਨਿਕ ਸਵੇਰਾ ਟੀਵੀ ਦੇ ਨਾਲ।